ਪੰਜਾਬ ਫੈਕਟ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਤੁਹਾਨੂੰ ਅੱਜ ਇੱਕ ਐਸੇ ਯੋਧੇ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਹਨੂੰ ਸਾਰੇ ਅਮਲੀ ਠਮਲੀ ਸਮਝਦੇ ਰਹੇ 84 ਵੇਲੇ, ਪਰ ਜਦੋਂ ਉਹਦੀ ਅਸਲੀਅਤ ਪਤਾ ਲੱਗੀ ਬੰਦੇ ਦੀ ਤਾਂ ਸਾਰੇ ਹੈਰਾਨ ਰਹਿ ਗਏ ਸੀ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ। ਦਲਜੀਤ ਸਿੰਘ ਬਿੱਟੂ ਜੀ ਦੱਸਦੇ ਨੇ, ਕਹਿੰਦੇ ਵੀ ਚਰਨਜੀਤ ਸਿੰਘ ਤਲਵੰਡੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ। ਸੰਨ 1984 ਤੋਂ ਬਾਅਦ ਫੈਡਰੇਸ਼ਨ ਟਕਸਾਲ ਅਤੇ ਖਾੜਕੂ ਜਥੇਬੰਦੀਆਂ ਨਾਲ ਸੰਬੰਧਿਤ ਬਹੁਤ ਸਿੰਘ ਇਹਨਾਂ ਦੇ ਘਰ ਆਉਂਦੇ ਜਾਂਦੇ ਰਹੇ। ਫਿਰ ਇਹਨਾਂ ਬਾਰੇ ਪੁਲਿਸ ਨੂੰ ਕਹਿੰਦੇ ਵੀ ਪਤਾ ਲੱਗ ਗਿਆ ਅਤੇ ਇਹ ਪਰਿਵਾਰ ਨੂੰ ਦਿੱਲੀ ਤੋਂ ਸਭ ਕੁਝ ਛੱਡ ਕੇ ਪੰਜਾਬ ਆਉਣਾ ਪਿਆ। ਇਹਨਾਂ ਦੇ ਬਜ਼ੁਰਗ ਜੋ ਸਰਕਾਰੀ ਮੁਲਾਜ਼ਮ ਵਜੋਂ ਸੇਵਾ ਮੁਕਤ ਸਨ, ਉਹ ਪੁਲਿਸ ਦੇ ਤਸ਼ੱਦਦ ਕਾਰਨ ਅਤੇ ਘਰੋਂ ਬੇਘਰ ਹੋਣ ਕਰਕੇ ਦਿਮਾਗੀ ਤੌਰ ਉੱਤੇ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਏ। ਇਸ ਤਰ੍ਹਾਂ ਹੀ ਉਹ ਕਿਤੇ ਚਲੇ ਗਏ ਅਤੇ ਫਿਰ ਮੁੜ ਕੇ ਨਹੀਂ ਆਏ। ਇਸੇ ਸਮੇਂ ਦੌਰਾਨ ਮਾਤਾ ਜੀ ਵੀ ਦੁੱਖ ਅਤੇ ਬਿਮਾਰੀ ਦੀ ਹਾਲਤ ਵਿੱਚ ਚੱਲ ਵਸੇ। ਇਹਨਾਂ ਦੇ ਵੱਡੇ ਬੇਟੇ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਉਹਦੇ ਨਾਲ ਵਿਚਾਰੇ ਨਾਲ ਕੀ ਵਾਪਰਿਆ। ਰਵੀ ਜੋ ਉਸ ਤੋਂ ਛੋਟਾ ਸੀ, ਜੋ ਦਿੱਲੀ ਦੇ ਵਾਤਾਵਰਨ ਦੀ ਤਰ੍ਹਾਂ ਪੂਰੀ ਤਰ੍ਹਾਂ ਸਫਾ ਚੱਟ ਸੀ ਅਤੇ ਨਸ਼ਾ ਪੱਤਾ ਵੀ ਕਰ ਲੈਂਦਾ ਸੀ ਉਦੋਂ, ਉਸਦਾ ਇੱਕ ਕਹਿੰਦੇ ਵੀ ਹਿੰਦੂ ਕੁੜੀ ਨਾਲ ਪ੍ਰੇਮ ਸੀ ਅਤੇ ਉਹ ਆਪਸ ਵਿੱਚ ਵਿਆਹ ਵੀ ਕਰਨਾ ਚਾਹੁੰਦੇ ਸਨ। ਲੁਧਿਆਣੇ ਬੈਂਕ ਡਾਕੇ ਦੀ ਤਫਤੀਸ਼ ਦੌਰਾਨ CBI ਨੇ ਰਵੀ ਨੂੰ ਲੁਧਿਆਣੇ ਦੀ ਇੱਕ ਠਾਰ ਤੋਂ ਫੜ ਲਿਆ ਅਤੇ ਫਿਰ ਉਸਦੇ ਦੁੱਖਾਂ ਦੀ ਦਾਸਤਾਨ ਸ਼ੁਰੂ ਹੋਈ। ਏਜੰਸੀਆਂ ਨੂੰ ਇਹ ਪਤਾ ਸੀ ਕਿ ਉਹ ਬਹੁਤ ਸਾਰੇ ਸਿੰਘਾਂ ਨੂੰ ਪਛਾਣਦਾ ਹੈ, ਇਸ ਕਰਕੇ IB ਅਤੇ CBI ਨੇ ਇਹਨੂੰ ਲੰਬਾ ਸਮਾਂ ਕੈਦ ਵਿੱਚ ਰੱਖਿਆ ਅਤੇ ਦੇਸ਼ ਦੇ ਹਰ ਕੋਨੇ ਵਿੱਚ ਘੁਮਾਇਆ, ਪਰ ਉਹਨੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਕਰਵਾਇਆ। ਮੈਨੂੰ ਤਫਤੀਸ਼ ਦੌਰਾਨ IB ਦੇ ਇੱਕ ਵੱਡੇ ਅਫਸਰ ਨੇ ਪੁੱਛਿਆ ਕਿ ਤੂੰ ਦਿੱਲੀ ਵਾਲੇ ਰਵੀ ਬਾਰੇ ਜਾਣਦਾ? ਜਦੋਂ ਮੈਂ ਹਾਂ ਕਿਹਾ ਤਾਂ ਫਿਰ ਉਸਨੇ ਦੱਸਿਆ ਕਿ ਉਹ ਬੰਦੇ ਨੇ ਸਾਨੂੰ ਬਹੁਤ ਲੰਬੇ ਸਮੇਂ ਤੱਕ ਬੇਵਕੂਫ ਬਣਾਈ ਰੱਖਿਆ। ਅਸਲ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਕੋਈ ਖਾੜਕੂ ਵੀ ਨਹੀਂ ਸੀਗਾ, ਉਹਨੇ ਕੋਈ ਹਥਿਆਰਬੰਦ ਕਾਰਵਾਈ ਵੀ ਨਹੀਂ ਸੀ ਕੀਤੀ। ਸਿਗਟਾਂ ਸੁਗਟਾਂ ਵੀ ਪੀਂਦਾ ਸੀ ਅਤੇ ਸ਼ਰਾਬ ਵੀ ਪੀ ਲੈਂਦਾ ਸੀ, ਪਰ ਉਹ ਸਾਡੇ ਬਾਰੇ ਕੋਈ ਬੁਰੀ ਗੱਲ ਨਹੀਂ ਸੀ ਸੁਣ ਸਕਦਾ। ਉਦੋਂ ਹੀ ਲੜ ਪੈਂਦਾ ਸੀ ਅਤੇ ਕੁੱਟ ਖਾ ਲੈਂਦਾ ਸੀ। ਮੈਨੂੰ ਕਹਿੰਦਾ ਵੀ ਬੜਾ ਅਚੰਬਾ ਲੱਗਿਆ ਕਿ ਜਿਸ ਬੰਦੇ 'ਤੇ ਅਸੀਂ ਵਿਸ਼ਵਾਸ ਨਹੀਂ ਸੀ ਕਰਦੇ ਅਤੇ ਉਸ ਤੋਂ ਦੂਰ ਰਹਿੰਦੇ ਸੀ, ਉਹ ਬੰਦਾ ਕਿਸ ਤਰ੍ਹਾਂ ਸਾਡੇ ਲਈ ਲੜਦਾ ਮਰਦਾ ਰਿਹਾ। ਉਹ ਕਿਸੇ ਵੀ ਇਨਾਮੀ ਸਿੰਘ ਨੂੰ ਫੜਵਾ ਕੇ ਉਹਨਾਂ ਤੋਂ ਪੈਸੇ ਲੈ ਸਕਦਾ ਸੀ ਅਤੇ ਆਪਣੀ ਦੋਸਤ ਕੁੜੀ ਨਾਲ ਵਿਆਹ ਕਰਵਾ ਕੇ ਜਿਸ ਤਰ੍ਹਾਂ ਮਰਜ਼ੀ ਰਹਿ ਸਕਦਾ ਸੀ, ਪਰ ਉਸਨੇ ਐਸੀ ਅਣਖ ਅਤੇ ਗੈਰਤ ਕਿੱਥੋਂ ਲਈ? ਸੰਘਰਸ਼ ਦੌਰਾਨ ਮੈਂ ਦੇਖਿਆ ਕਿ ਜੇਕਰ ਕਾਲ ਪੁਰਖ ਦੀ ਬਖਸ਼ਿਸ਼ ਨਾ ਹੋਵੇ ਤਾਂ ਵੱਡੇ ਵੱਡੇ ਨਾਂ ਵੀ ਤਸ਼ੱਦਦ ਅੱਗੇ ਡੋਲ ਗਏ ਅਤੇ ਉਹਨਾਂ ਨੇ ਸੰਘਰਸ਼ ਦੇ ਰਾਜ ਦੱਸ ਦਿੱਤੇ। ਇੱਥੇ ਇਹ ਨੌਜਵਾਨ ਰਹਿਤ ਤੋਂ ਵੀ ਬਹੁਤ ਦੂਰ ਸੀ ਅਤੇ ਹੋਰ ਵੀ ਬਹੁਤ ਹੈ ਅਫਸਾਨੇ ਦੇ 'ਚ, ਪਰ ਉਹਨੇ ਦੋ ਖੁਫੀਆ ਮਹਿਕਮਿਆਂ ਦੀ ਮਹੀਨਿਆਂ ਬੱਧੀ ਕੈਦ ਪਿੱਛੋਂ ਵੀ ਉਹਨਾਂ ਨੂੰ ਕੁਛ ਨਹੀਂ ਦੱਸਿਆ। ਇੰਨਾ ਚਿਰ ਉਹਨਾਂ ਨੂੰ ਭੰਬਲ ਭੁੱਸੇ 'ਚ ਹੀ ਪਾਈ ਰੱਖਿਆ। ਫਿਰ ਮੈਨੂੰ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਰਵੀ ਹਵਾਲਾਤ ਵਿੱਚ ਹੀ ਇੱਕ ਹੋਰ ਕੈਦੀ ਸਿੰਘ ਨਾਲ ਲੜਿਆ। ਉਹਨੇ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਹਦੇ ਥੱਪੜ ਮਾਰਤਾ। ਗੱਲ ਅਸਲ ਵਿੱਚ ਇਸ ਤਰ੍ਹਾਂ ਹੋਈ ਕਿ ਉਹ ਬੰਦੇ ਤੋਂ CBI ਪੁੱਛਗਿੱਛ ਕਰ ਰਹੀ ਸੀ ਤਾਂ ਉਹਨੇ ਦੱਸਿਆ ਕਿ ਜਦੋਂ ਉਹ ਜਿੰਦੇ ਨੂੰ ਮਿਲਿਆ ਤਾਂ ਰਵੀ ਉਹਦੇ ਨਾਲ ਸੀ, ਪਰ CBI ਵਾਲਿਆਂ ਨੂੰ ਪਹਿਲਾਂ ਇਹ ਗੱਲ ਨਹੀਂ ਸੀ ਪਤਾ। ਰਵੀ ਨੇ ਉਸੇ ਵਕਤ ਉੱਠ ਕੇ ਉਹ ਬੰਦੇ ਦੇ ਥੱਪੜ ਮਾਰਿਆ ਅਤੇ ਕਿਹਾ ਕਿ ਤੂੰ ਆਪਣੀ ਗੱਲ ਦੱਸ, ਤੂੰ ਮੇਰੇ ਬਾਰੇ ਕੀ ਦੱਸ ਰਿਹਾ? ਮੇਰੇ ਬਾਰੇ ਮੈਨੂੰ ਪਤਾ ਕਿ ਤੈਨੂੰ? ਪਿੱਛੇ ਜਿਹੇ ਮੈਨੂੰ ਲੁਧਿਆਣੇ ਕਚਹਿਰੀਆਂ ਵਿੱਚ ਉਸ ਵੇਲੇ ਦਾ ਕਹਿੰਦੇ ਵੀ ਬਦਨਾਮ ਪੁਲਸੀਆ ਮਿਲ ਪਿਆ, ਜੋ ਉਹਦੇ ਲੁਧਿਆਣੇ SP ਲੱਗਿਆ ਹੋਇਆ ਸੀ ਉਦੋਂ। ਉਹਦੇ ਉੱਤੇ ਝੂਠੇ ਮੁਕਾਬਲਿਆਂ ਦੇ ਮੁਕੱਦਮੇ ਚੱਲ ਰਹੇ ਸਨ। ਹੁਣ ਉਹ ਪਹਿਲਾਂ ਵਾਂਗ ਨਹੀਂ ਸੋਚਦਾ ਸੀ। ਉਸਨੇ ਰਵੀ ਬਾਰੇ ਪਹਿਲੀਆਂ ਗੱਲਾਂ ਦੀ ਪੁਸ਼ਟੀ ਕੀਤੀ। ਰਵੀ 1 ਸਾਲ ਤੋਂ ਵੀ ਵੱਧ ਸਮਾਂ IB ਦੀ ਕੈਦ ਵਿੱਚ ਰਿਹਾ। ਉਹਨੇ ਕੁਝ ਵੀ ਠੋਸ ਦਿੱਤਾ ਜਾਂ ਦੱਸਿਆ ਨਹੀਂ, ਬਸ ਮਹਿਕਮੇ ਨੂੰ ਆਸ ਬਣਾਈ ਰੱਖੀ। ਉਹਨਾਂ ਨੂੰ ਸਾਰੇ ਦੇਸ਼ ਦੇ ਕਈ ਸੂਬਿਆਂ ਵਿੱਚ ਘੁਮਾਈ ਫਿਰਦਾ ਰਿਹਾ।
ਚੋਰੀ ਅਤੇ ਡਾਕੇ ਵਾਲੇ ਮੁਕੱਦਮੇ ਵਿੱਚ ਸੀਬੀਆਈ ਕੋਲ ਰਹੇ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਮਹਿਕਮੇ ਵਾਲੇ ਸੋਚਦੇ ਸਨ ਕਿ ਰਵੀ ਉਹਨਾਂ ਦੀ ਮਦਦ ਕਰ ਰਿਹਾ, ਜਿਸ ਕਰਕੇ ਉਹਨੂੰ ਵਧੀਆ ਸ਼ਰਾਬ, ਸਿਗਟਾਂ ਅਤੇ ਖਾਣਾ ਪੀਣਾ ਦਿੰਦੇ ਸਨ। ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ ਕਿ ਕੁਝ ਦੱਸ ਦੇਵੇ। ਉਹ ਉਦੋਂ ਹੈਰਾਨ ਹੋ ਗਏ ਜਦੋਂ ਇੱਕ DSP ਨੇ ਜਿੰਦੇ ਦੇ ਕਿਰਦਾਰ ਬਾਰੇ ਕੁਝ ਬੁਰਾ ਕਿਹਾ ਤਾਂ ਰਵੀ ਉਹਦੇ ਨਾਲ ਲੜ ਪਿਆ ਅਤੇ ਉਹਨੂੰ ਬੁਰਾ ਭਲਾ ਕਿਹਾ ਉਹਨੇ। ਇਸ ਗੱਲ ਬਦਲੇ ਰਵੀ ਨੂੰ ਬਹੁਤ ਕੁੱਟ ਪਈ। 1.5 ਸਾਲ ਦੇ ਸਮੇਂ ਦੌਰਾਨ ਅਜਿਹਾ ਉਸ ਨਾਲ ਕਈ ਵਾਰ ਵਾਪਰਿਆ ਜਦੋਂ ਉਹ ਨਸ਼ੇ ਦਾ ਆਦੀ ਅਤੇ ਕੈਦੀ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਲੜਿਆ ਅਤੇ ਕੁੱਟ ਖਾਧੀ ਪਰ ਝੁਕਿਆ ਨਹੀਂ ਹੈਗਾ। ਉਹ ਸੰਘਰਸ਼ ਦੇ ਮੋਹਰੀ ਕਤਾਰ ਦੇ ਬੰਦਿਆਂ ਨੂੰ ਵੀ ਜਾਣਦਾ ਸੀ ਅਤੇ ਕਈ ਠਾਰਾਂ ਦਾ ਵੀ ਉਹਨੂੰ ਪਤਾ ਸੀ। ਨਸ਼ਾ ਉਹਦੀ ਕਮਜ਼ੋਰੀ ਸੀ ਜਿਸ ਕਰਕੇ ਉਹ IB ਵਾਲਿਆਂ ਦੀ ਗੱਲ ਮੰਨ ਗਿਆ ਕਿ ਤੂੰ ਸਾਨੂੰ ਬੰਦੇ ਫੜਾ ਦੇ, ਅਸੀਂ ਤੇਰੀ ਸਾਂਭ ਸੰਭਾਲ ਕਰਾਂਗੇ। ਉਹ ਆਪਣੀ ਸਾਂਭ ਸੰਭਾਲ ਤਾਂ ਕਰਵਾਉਂਦਾ ਰਿਹਾ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪਾਇਆ। ਉਹਨੇ ਸਭ ਘਾਟਾਂ ਅਤੇ ਬੁਰੇ ਹਾਲਾਤਾਂ ਦੇ ਬਾਵਜੂਦ ਉਹਨੇ ਪੰਥ ਅਤੇ ਸੰਘਰਸ਼ ਬਾਰੇ ਨਾ ਕੁਝ ਗਲਤ ਕਿਹਾ ਅਤੇ ਨਾ ਹੀ ਸੁਣਿਆ। ਪਰਮਾਤਮਾ ਨੇ ਉਹਨੂੰ ਕਿੱਡਾ ਸਿਦਕ ਬਖਸ਼ਿਆ ਸੀ ਕਿ ਲਾਲ ਕਿਲੇ ਦੀ ਨਰਕੀ ਜੇਲ੍ਹ ਵਿੱਚ ਵੀ ਉਹਨੇ ਆਪਣਾ ਇਮਾਨ ਬਚਾ ਕੇ ਰੱਖਿਆ। ਉਹ ਚੰਗੀ ਤਰ੍ਹਾਂ ਪਾਠ ਕਰਨਾ ਵੀ ਨਹੀਂ ਸੀ ਜਾਣਦਾ ਪਰ ਉਹਦੇ ਸਿਦਕ ਦੀ ਗਵਾਹੀ ਹਕੂਮਤ ਦੇ ਕਈ ਕਰਿੰਦਿਆਂ ਨੇ ਵੀ ਭਰੀ ਹੈ। ਜਿਸ ਬੰਦੇ ਦੀ ਦੁਨੀਆ ਸਾਡੇ ਕਰਕੇ ਬਰਬਾਦ ਹੋਈ, ਪਰਿਵਾਰ ਦੇ ਕਈ ਜੀਵੀ ਮਾਰੇ ਗਏ, ਉਸ ਨੂੰ ਸਾਡੇ ਵੱਲੋਂ ਵੀ ਕੋਈ ਮਦਦ ਨਹੀਂ ਸੀਗੀ। ਉਹ ਇਕੱਲਿਆਂ ਹੀ ਹਕੂਮਤ ਦੇ ਕਹਿੰਦੇ ਕਹਾਉਂਦੇ ਮਹਿਕਮੇ ਦੀ ਕੈਦ ਵਿੱਚ ਰਹਿ ਕੇ ਉਹਨਾਂ ਸਾਹਮਣੇ ਅਮਾਨ ਉੱਤੇ ਖੜਾ ਰਿਹਾ। ਉਹ ਕਿਸ ਤਰ੍ਹਾਂ ਪੰਥ ਖਾਤਰ ਅਤੇ ਸਾਡੇ ਖਾਤਰ ਕਹਿੰਦੇ ਵੀ ਆਪਣੀ ਅਣਖ ਪਕਾ ਗਿਆ ਬੰਦਾ। ਇਸੇ ਤਰ੍ਹਾਂ ਕਹਿੰਦੇ ਵੀ ਇਹ ਘਟਨਾ ਜੋ ਮੈਂ ਲਿਖਣ ਲੱਗਿਆਂ, ਇਹ ਮਹਿਤਾ ਚੌਂਕ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੀ ਹੈ। ਇਹ ਵਾਰਤਾ ਮੈਨੂੰ ਨਿਰਮਲ ਸਿੰਘ ਮੀਆਂ ਵਿੰਡ ਨੇ ਸੁਣਾਈ ਸੀ ਜਦੋਂ ਮੈਂ ਉਸ ਕੋਲ ਵੇਰਕੇ ਪਿੰਡ ਵਿੱਚ ਇੱਕ ਵਾਰ ਰਾਤ ਠਹਿਰਿਆ ਹੋਇਆ ਸੀ। ਉਸ ਦਿਨ ਉੱਥੇ ਕੰਵਰਜੀਤ ਸਿੰਘ ਸੁਲਤਾਨ ਵਿੰਡ ਅਤੇ ਉਹਦੇ ਨਾਲ 2 ਹੋਰ ਸਿੰਘ ਹਾਜ਼ਰ ਸਨ। ਉਹਨਾਂ ਦਿਨਾਂ ਵਿੱਚ ਪੁਲਿਸ BSF ਅਤੇ CRPF ਵਾਲੇ ਸਾਂਝੇ ਰੂਪਾਂ ਵਿੱਚ ਪਿੰਡਾਂ ਨੂੰ ਘੇਰਾ ਪਾ ਕੇ ਤਲਾਸ਼ੀਆਂ ਕਰਦੇ ਹੁੰਦੇ ਸਨ। ਕਿਸੇ ਵੀ ਸਮੇਂ ਕਿਸੇ ਵੀ ਪਿੰਡ ਨੂੰ ਘੇਰ ਕੇ ਸਾਰੇ ਲੋਕਾਂ ਨੂੰ ਇੱਕ ਖੁੱਲ੍ਹੇ ਥਾਂ ਵਿੱਚ ਇਕੱਠੇ ਕਰਕੇ ਪੁੱਛਗਿੱਛ ਕੀਤੀ ਜਾਂਦੀ ਸੀ ਅਤੇ ਦੂਜੇ ਪਾਸੇ ਖਾਲੀ ਪਿੰਡ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾਂਦੀ ਸੀ। ਕਈ ਵਾਰ ਮੁਖਬਰ ਜਾਂ ਗੱਦਾਰ ਬੰਦੇ ਵੀ ਵਰਦੀ ਵਿੱਚ ਜਾਂ ਕਿਸੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਬੈਠੇ ਹੁੰਦੇ ਸਨ। ਉਹਨਾਂ ਪਿੰਡਾਂ ਦੇ ਸਿੰਘਾਂ ਨੇ ਆ ਕੇ ਆਪਣੀ ਵਿਥਿਆ ਸੁਣਾਈ ਅਤੇ ਕੁਝ ਕਰਨ ਦੀ ਬੇਨਤੀ ਕੀਤੀ। ਉਹਨਾਂ ਦੇ ਪਿੰਡ ਨੂੰ ਹਨੇਰੇ ਹੀ ਘੇਰਾ ਪੈ ਗਿਆ ਸੀ ਅਤੇ ਗੁਰਦੁਆਰੇ ਤੋਂ ਬੋਲ ਦਿੱਤਾ ਗਿਆ ਕਿ ਪਿੰਡ ਵਿੱਚ ਖਾੜਕੂ ਲੁਕੇ ਹੋਏ ਨੇ, ਸਾਰੇ ਲੋਕ ਸਕੂਲ ਅਤੇ ਮੈਦਾਨ ਵਿੱਚ ਇਕੱਠੇ ਹੋ ਜਾਣ। ਸਭ ਬੁੜੇ ਬੱਚਿਆਂ ਨੂੰ ਹੁਕਮ ਮੰਨ ਕੇ ਜਾਣਾ ਹੀ ਪੈਣਾ ਸੀ। ਲੋਕ ਸਕੂਲ ਦੇ ਮੈਦਾਨ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਵੱਡੇ ਅਫਸਰ ਜੀਪਾਂ ਕੋਲ ਕੁਰਸੀਆਂ ਡਾ ਕੇ ਬੈਠ ਗਏ। ਇਹ ਸਾਰੇ ਅਫਸਰ ਪੰਜਾਬ ਤੋਂ ਬਾਹਰਲੇ ਅਤੇ ਗੈਰ ਸਿੱਖ ਸਨ। ਲੋਕਾਂ ਨੂੰ ਇਕਹਿਰੀਆਂ ਲੰਬੀਆਂ ਕਤਾਰਾਂ ਵਿੱਚ ਬਿਠਾਇਆ ਹੋਇਆ ਸੀ। ਉਹਨਾਂ ਦੀ ਇਕੱਲੇ ਇਕੱਲੇ ਕਰਕੇ ਪਛਾਣ ਹੋਣ ਲੱਗੀ। ਚੌਂਕੀਦਾਰ ਅਤੇ ਪੰਚਾਇਤ ਵਾਲੇ ਵੀ ਨਾਲ ਹੀ ਬੈਠੇ ਸਨ। ਕੁਝ ਬਦਨਾਮ ਪੁਲਿਸ ਵਾਲੇ ਅਤੇ BSF ਵਾਲੇ ਬਹੁਤ ਮਾੜੇ ਸ਼ਬਦ ਬੋਲ ਰਹੇ ਸਨ। ਲੋਕ ਬਹੁਤ ਸਹਿਮੇ ਅਤੇ ਔਖੇ ਹੋਏ ਬੈਠੇ ਸਨ। ਇੰਨੇ ਚਿਰ ਨੂੰ BSF ਦਾ ਇੱਕ ਵੱਡਾ ਅਫਸਰ ਉੱਠ ਕੇ ਗਰੂਰ ਭਰੇ ਲਹਿਜੇ ਵਿੱਚ ਕਹਿਣ ਲੱਗਿਆ ਵੀ ਤੁਸੀਂ ਦੇਸ਼ ਦੇ ਨਾਗਰਿਕ ਹੋ ਕਿ ਅੱਤਵਾਦੀ ਦੇਸ਼ ਦੇ ਦੁਸ਼ਮਣ ਅਤੇ ਗਦਾਰ ਹੋਏ, ਤੁਸੀਂ ਉਹਨਾਂ ਨੂੰ ਮੂੰਹ ਨਾ ਲਾਓ, ਉਹਨਾਂ ਨੂੰ ਫੜਾਓ, ਅਸੀਂ ਤੁਹਾਨੂੰ ਇਨਾਮ ਦੇਵਾਂਗੇ। ਉਹ ਬੋਲਦਾ ਰਿਹਾ, ਲੋਕ ਸਿਰ ਸੁੱਟ ਕੇ ਸੁਣਦੇ ਰਹੇ। ਉਹ ਕਹਿਣ ਲੱਗਾ ਕਿ ਸਾਨੂੰ ਇਤਲਾਹ ਹੈ ਕਿ ਤੁਹਾਡੇ ਪਿੰਡ ਦੇ ਕੁਝ ਲੋਕ ਉਹਨਾਂ ਗੱਦਾਰਾਂ ਨੂੰ ਪਨਾਹ ਦੇ ਰਹੇ ਨੇ ਅਤੇ ਆਪਣੀਆਂ ਔਰਤਾਂ ਵੀ ਦੇ ਰਹੇ ਨੇ। ਕੋਈ ਕੁਝ ਨਹੀਂ ਬੋਲਿਆ। ਉਹ ਅਫਸਰ ਪਿੰਡ ਦੀਆਂ ਔਰਤਾਂ 'ਤੇ ਗੱਲ ਲੈ ਆਇਆ ਤਾਂ ਇੱਕ 60-70 ਸਾਲ ਦਾ ਬਜ਼ੁਰਗ ਖਫਾ ਹੋਇਆ ਅਤੇ ਉਹਨੂੰ ਰੋਕ ਕੇ ਕਹਿੰਦਾ ਵੀ ਹੁਣ ਬੱਸ ਕਰ ਓਏ, ਬਹੁਤ ਹੋ ਗਿਆ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇੰਨਾ ਸੁਣ ਕੇ BSF ਵਾਲਿਆਂ ਉਹਨੂੰ ਫੜ ਕੇ ਧੂਰਿਆ, ਉਹਦੀ ਦਸਤਾਰ ਲਾ ਕੇ ਸੁੱਟ ਦਿੱਤੀ ਅਤੇ ਬੂਟਾਂ ਦੇ ਠੁੱਡੇ ਮਾਰ ਲੱਗ ਪਏ। ਕੁਝ ਬੰਦੇ ਛਡਾਉਣ ਲਈ ਅੱਗੇ ਆਏ ਤਾਂ ਉਹਨਾਂ ਨਾਲ ਵੀ ਇਹੋ ਹੀ ਹੋਇਆ।
ਉਸ ਅਫਸਰ ਨੇ ਬੰਦੂਕ ਫੜ ਕੇ ਹਵਾਈ ਗੋਲੀ ਚਲਾਈ ਅਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਿਆ ਕਿ ਇਸ ਬੁੜੇ ਨੂੰ ਬੰਨ੍ਹ ਕੇ ਗੱਡੀ 'ਚ ਸੁੱਟੋ। ਉਹ ਬਜ਼ੁਰਗ ਆਪਣੇ ਅਸਰ ਰੋਂ ਵਿੱਚ ਆ ਗਿਆ ਅਤੇ ਅੱਗੋਂ ਲਲਕਾਰੇ ਮਾਰਨ ਲੱਗ ਪਿਆ। ਉਹਨੂੰ ਇੱਦਾਂ ਕਰਦੇ ਨੂੰ ਹੀ ਉਹ ਬੰਨ੍ਹ ਕੇ ਗੱਡੀ ਵਿੱਚ ਸੁੱਟ ਕੇ ਲੈ ਗਏ। ਸਵੇਰੇ 10 ਵਜੇ ਤੱਕ ਪਿੰਡ ਦੀ ਤਲਾਸ਼ੀ ਹੋਈ ਅਤੇ ਫਿਰ ਵਰਦੀਧਾਰੀ ਟੋਲੇ ਚਲੇ ਗਏ। ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਵਰ ਬੰਦੇ ਥਾਣੇ ਗਏ ਤਾਂ ਉਹਨਾਂ ਨੇ ਅੱਗੋਂ ਕਹਿ ਦਿੱਤਾ ਕਿ ਉਹ ਬੰਦਾ ਤਾਂ BSF ਕਬਜ਼ੇ ਵਿੱਚ ਹੈ, ਉੱਥੋਂ ਲੈ ਕੇ ਆਓ ਤੁਸੀਂ ਜਾ ਕੇ। ਕੁਝ ਹੋਰ ਪਤਾ ਕਰਕੇ ਪਿੰਡ ਦੇ ਲੋਕ ਅਗਲੇ ਦਿਨ BSF ਦੇ ਕੈਂਪ 'ਚ ਜਾ ਪਹੁੰਚੇ ਤਾਂ ਉੱਥੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ ਉਹਨਾਂ ਨੂੰ। ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਉਸ ਬਜ਼ੁਰਗ ਦਾ ਕੋਈ ਪਤਾ ਨਾ ਲੱਗਿਆ। ਦੋਸਤੋ, ਇਹ ਸਨ ਕੁਝ ਕਿੱਸੇ ਜੋ ਕਿ ਸ਼ਾਇਦ ਹੀ ਤੁਸੀਂ ਕਦੇ ਸੁਣੇ ਹੋਣ ਜਾਂ ਸ਼ਾਇਦ ਇਹ ਤੁਹਾਨੂੰ ਕਿਸੇ ਨੇ ਸੁਣਾਏ ਹੋਣ। ਸੋ ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ੍ਹ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।